ਜਦ ਮੈਂ ਤੈਨੂੰ ਮਿਲਾਂਗਾ ਤੇਰੇ ਤੋਂ ਨੁਸਰਤ ਬਾਰੇ ਪੁੱਛਾਂਗਾ ਤੇ ਤੈਨੂੰ ਲਤਾ ਦੀਆਂ ਦੋ ਗੱਲਾਂ ਦੱਸਾਂਗਾ। ਤੇਰੇ ਤੋਂ ਕਰਾਚੀ ਦਾ ਹਲਵਾ ਮੰਗਾਵਾਂਗਾ ਤੇ ਤੇਰੇ ਲਈ ਕਾਜੂ ਦੀ ਬਰਫੀ ਲੈ ਕੇ ਆਵਾਂਗਾ। ਦੋਨੋਂ ਮਿਲ ਕੇ ਖਾਵਾਂਗੇ ਤੇ ਗੱਲ ਕਰਾਂਗੇ ਕੁਝ ਆਪਣੇ ਹਾਲਾਤਾਂ ਦੀ ਤੇ ਜਜ਼ਬਾਤਾਂ ਦੀ। ਮੈਨੂੰ ਪੂਰਾ ਯਕੀਨ ਹੈ ਸਾਡੀ ਗੱਲਾਂ ਇੱਕੋ ਜਿਹੀਆਂ ਹੋਣੀਆਂ। ਫਿਰ ਮੈਂ ਤੈਨੂੰ ਇੱਕ ਪਤਾ ਦੇਵਾਂਗਾ। ਚੱਕ ਦੁਆਰਕਾ, ਮੰਡੀ ਬਾਉਦੀਨ, ਜ਼ਿਲ੍ਹਾ ਗੁਜਰਾਤ, ਉਹ ਮੇਰਾ ਪਿੰਡ ਹੈ। ਮੇਰੇ ਦਾਦਕੇ ਉਹਨੂੰ ਛੱਡ ਕੇ ਆ ਗਏ। ਉੱਥੇ ਉਹਨਾਂ ਦੀ ਰੂਹ ਵੱਸਦੀ ਹੈ, ਸ਼ਾਇਦ ਮੇਰੀ ਵੀ ਉੱਥੇ ਹੀ ਵੱਸਦੀ ਹੈ। ਜਾ ਕੇ ਉਹਨਾਂ ਨੂੰ ਮਿਲੀ ਅਤੇ ਦੱਸੀ ਕਿ ਮੈਂ ਉਹਨਾਂ ਨੂੰ ਬਹੁਤ ਯਾਦ ਕਰਨਾ ਅਤੇ ਜਦ ਮੌਕਾ ਮਿਲੇਗਾ ਮੈਂ ਉੱਥੇ ਆ ਕੇ ਹੀ ਵੱਸਾਂਗਾ। ਮਿਲੇ ਜਾਂ ਨਾ ਮਿਲੇ, ਤੂੰ ਹੀ ਰਹਿ ਲਈ, ਮੈਨੂੰ ਲੱਗੇਗਾ ਮੈਂ ਰਹਿ ਲਿਆ।